जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਮਸਤੀ ਕੈਂਪਸ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੈਰੀ ਵੱਲੋਂ ਕੀ ਹਾਲ ਚਾਲ ਹੈ? ਹੋਪ ਸਾਰੇ ਠੀਕ ਠਾਕ ਹੋਵੋਗੇ ਜੀ। ਲੈ ਕੇ ਫਿਰ ਤੋਂ ਹਾਜ਼ਰ ਹੋ ਗਏ ਤੁਹਾਡਾ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਮੈਂ ਅੱਜ ਪਹੁੰਚੇ ਜੀ ਡੀਏਵੀ ਸਕੂਲ ਮਾਨਸਾ ਦੇ ਵਿੱਚ, ਬੱਚੇ ਕਰਨੇ ਇੰਤਜ਼ਾਰ, ਸੌਲ ਚੱਲਦੇ ਕਰਦੇ ਬੱਚੇ ਨਾਲ ਗੱਲਾਂ ਬਾਤਾਂ। ਆ ਜੀ ਕੈਂਪਸ ਦੀ। ਆਓ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਪੱਗ ਬਹੁਤ ਸੋਹਣੀ ਬੰਨੀ ਹੈ। ਥੈਂਕ ਯੂ ਵੀਰੇ, ਤੁਸੀਂ ਸੋਹਣੀ ਬੰਨੀ ਹੈ। ਥੈਂਕ ਯੂ ਸੋ ਮਚ। ਕਿੱਥੋਂ ਸਿੱਖੀ ਤੁਸੀਂ? ਆਪ ਹੀ ਸਿੱਖੀ। ਆਪਣੇ ਆਪ ਸੋਚ ਕੇ ਦੱਸਿਆ ਵੀ ਆਪਣੇ ਆਪ ਸਿੱਖੀ ਹੈ ਨਾ ਗਾਣਾ ਉਹਦਾ। ਸੁਣਾਓ ਲਾਊਡਲੀ। ਓ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ, ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ, ਗੱਲ ਮੇਰੀ ਕਿਉਂ ਨੀ ਮੰਨਦਾ ਮਾਹੀ ਵੇ, ਜ਼ਿੰਦਗੀ ਹੈ ਤੇਰੇ ਨਾਮ ਮੇਰਾ ਏ ਪਿਆਰ, ਆ ਜਾਵੇ ਮਾਹੀ ਵੇ ਸਾਨੂੰ ਤੇਰਾ ਇੰਤਜ਼ਾਰ। ਥੈਂਕ ਯੂ। ਬਹੁਤ ਸੋਹਣਾ। ਸਿੱਖਦੇ ਹੋ ਕਿਤੋਂ ਜਾਂ ਉੱਦਾਂ ਹੀ ਨੈਚੁਰਲੀ ਹੈ? ਨਹੀਂ, ਬਾਈ ਬਰਥ ਹੈ, ਪਾਪਾ ਗਾਉਂਦੇ ਨੇ। ਅੱਛਾ, ਪਾਪਾ ਗਾਉਂਦੇ ਨੇ, ਪਾਪਾ ਕੋਲੋਂ ਸਿੱਖ ਰਹੇ ਹੋ? ਹਾਂਜੀ। ਪਾਪਾ ਨੇ ਕਦੇ ਸਿਖਾਉਂਦਾ ਡਾਂਟਿਆ ਹੋਵੇ? ਬਹੁਤ ਵਾਰੀ ਡਾਂਟਦੇ। ਕਿਹੜੀ ਗੱਲ ਤੋਂ ਡਾਂਟਦੇ ਆ? ਸਹੀ ਨਹੀਂ ਗਾਉਂਦਾ, ਰਿਆਜ਼ ਸਹੀ ਨਹੀਂ ਕਰਦਾ। ਅੱਛਾ, ਰਿਆਜ਼ ਸਹੀ ਨਹੀਂ ਕਰਦਾ। ਕਦੀ ਪਰੇਡ ਵੀ ਹੋਈ ਆ ਕਿ ਮੂੰਹ ਨਾਲ ਡਾਂਟ ਲੈਂਦੇ ਆ? ਡਾਂਟਦੇ ਆ, ਤੂੰ ਹੀ ਡਾਂਟ ਲੈਂਦੇ। ਚਲ ਵਧੀਆ ਗੱਲ। ਅੱਛਾ, ਇਹ ਜੀ ਕਿਹੜੀ ਚੀਜ਼ ਹੈ ਜਿਹੜੀ ਆਉਂਦੀ ਆ ਪਰ ਆਉਂਦੀ ਕਦੀ ਨਹੀਂ? ਆਉਂਦੀ ਹੈ ਪਰ ਆਉਂਦੀ ਕਦੀ, ਆਉਂਦੀ ਹੈ ਪਰ ਆਉਂਦੀ ਕਦੀ ਨਹੀਂ? ਨਹੀਂ ਪਤਾ। ਥੈਂਕ ਯੂ ਸੋ ਮਚ, ਥੈਂਕ ਯੂ। ਠੀਕ ਚੱਲਦੀ ਵੀ ਹੈ, ਵਧੀਆ। ਅੱਛਾ, ਇਹ ਜੀ ਕਿਹੜੀ ਚੀਜ਼ ਜਿਹੜੀ ਆ ਰਹੀ ਹੈ ਪਰ ਆਉਂਦੀ ਨਹੀਂ? ਆ ਰਹੀ ਹੈ ਪਰ ਆਉਂਦੀ ਨਹੀਂ, ਉਹ ਕਹਿੰਦਾ ਪੜ੍ਹਾਈ। ਇਹ ਵੀ ਠੀਕ ਆ ਨਾ, ਕਿਹਨੇ ਕਿਹਾ ਸੀ ਪੜ੍ਹਾਈ? ਅੱਛਾ, ਹੋਰ ਠੀਕ ਠਾਕ ਹੈ? ਸਤਿ ਸ਼੍ਰੀ ਅਕਾਲ। ਅੱਛਾ, ਪੜ੍ਹਾਈ ਆ ਰਹੀ ਹੈ ਪਰ ਆਉਂਦੀ ਨਹੀਂ? ਲੋਕਾਂ ਨੂੰ ਆਉਂਦੀ, ਸਾਨੂੰ ਨਹੀਂ ਆਉਂਦੀ। ਅੱਛਾ, ਤੁਹਾਨੂੰ ਨਹੀਂ ਆਉਂਦੀ, ਤੁਹਾਨੂੰ ਕਿਉਂ ਨਹੀਂ ਆਉਂਦੀ? ਔਖੀ ਲੱਗਦੀ ਹੈ। ਔਖੀ ਲੱਗਦੀ ਹੈ, ਕਿਉਂ ਔਖੀ ਲੱਗਦੀ ਹੈ ਵੈਸੇ? ਰੀਜ਼ਨ? ਰੀਜ਼ਨ ਇਹ ਟੈਨਸ਼ਨ, ਕਿਤਾਬ ਹੀ ਨਹੀਂ ਕਦੀ ਖੋਲੀ, ਔਖੀ ਲੱਗ ਰਹੀ ਹੈ? ਨਹੀਂ ਨਹੀਂ, ਹਾਂ ਐਂ ਤਾਂ 10th 'ਚ 80% ਆ ਗਈ ਸੀਗੀ। ਆ 80% ਆਏ ਨੰਬਰ, ਇੰਨੇ ਨੰਬਰ ਇਕੱਠੇ ਹੀ ਲੈ ਗਿਆ? ਸੋਰੀ, ਬੜੇ ਵਧੀਆ ਨੰਬਰ ਲੈ ਗਏ ਫਿਰ। ਚਲ, ਇਹ ਜੀ ਕਿਹੜੀ ਚੀਜ਼ ਹੈ ਜਿਹੜੀ ਆ ਰਹੀ ਹੈ ਪਰ ਆਉਂਦੀ ਨਹੀਂ? ਸਾਡੇ ਲਈ ਤਾਂ ਪੜ੍ਹਾਈ ਹੈ, ਤੁਹਾਡੇ ਲਈ ਪੜ੍ਹਾਈ ਹੈ ਨਾ, ਪੜ੍ਹਿਆ ਕਰੋ, ਆਉਣੀ ਸ਼ੁਰੂ ਹੋ ਜਾਏਗੀ। ਇੱਕ ਵਰਡ ਹੈ SURPRISE, ਸਹੀ ਪ੍ਰੋਨਾਂਸੀਏਸ਼ਨ ਕੀ ਹੈ ਦੀ? ਸਰਪ੍ਰਾਈਜ਼। ਸਰਪ੍ਰਾਈਜ਼ ਨਹੀਂ, ਸਹੀ ਪ੍ਰੋਨਾਂਸੀਏਸ਼ਨ ਇਹਦੀ ਕੀ ਹੈ? ਹੁਸ਼ ਹੋਰ ਹੈ,
ਸਰਪ੍ਰਾਈਜ਼ ਪ੍ਰੋਨਾਉਂਸ ਕਰਨਾ ਇਹਨੂੰ ਸਹੀ ਸਰਪ੍ਰਾਈਜ਼ ਸਰਪ੍ਰਾਈਜ਼ ਨਹੀਂ ਸਰਪ੍ਰਾਈਜ਼ ਤਾਂ ਨਹੀਂ ਕੁਝ ਹੋਰ ਹੈ ਥੈਂਕ ਯੂ ਜਿਹੜੀ ਆ ਰਹੀ ਹੈ ਪਰ ਆਉਂਦੀ ਨਹੀਂ ਆ ਰਹੀ ਹੈ ਪਰ ਆਉਂਦੀ ਨਹੀਂ ਔਖਾ ਅੱਛਾ ਪੋਕਟ ਮਨੀ ਕਿੰਨੀ ਕੁ ਮਿਲ ਜਾਂਦੀ ਹੈ 500 ਇੰਨੀ ਇੰਨੀ ਤਾਂ ਮੈਨੂੰ ਨੀ ਕਦੀ ਮਿਲੀ ਇੰਨੀ ਮੈਨੂੰ ਹੁਣ ਨੀ ਮਿਲਦੀ ਪਰ ਮੈਨੂੰ ਮਿਲ ਜਾਂਦੀ ਪਰ ਮੰਥ ਜਾਂ ਪਰ ਡੇ ਪਰ ਮੰਥ ਅੱਛਾ ਪਰ ਮੰਥ ਕਿੰਨੀ ਥੋੜੀ ਹੈ ਕਿ ਜ਼ਿਆਦੀ ਹੈ ਠੀਕ ਹੈ ਹਜੇ ਠੀਕ ਹੈ ਪਰ ਕੁੜੀਆਂ ਵਾਲੇ ਠੀਕ ਹੈ ਗੋਲ ਗੱਪੇ 'ਚ ਨਿਕਲ ਜਾਂਦੇ ਆ ਸਾਰੇ ਆਪੇ ਹੀ ਠੀਕ ਹੈ ਹੈ ਨਾ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਤੁਹਾਡੇ ਹਿਸਾਬ ਨਾਲ ਪੋਕਿਟ ਮਨੀ ਕਿੰਨੀ ਕੁ ਮਿਲਣੀ ਚਾਹੀਦੀ ਹੈ 500 ਬਹੁਤ ਆ ਮੰਥ ਦੀ ਕਿ ਥੋੜ੍ਹੀ ਹੈ ਠੀਕ ਹੈ ਠੀਕ ਹੀ ਹੈ ਹੈ ਨਾ ਔਖਾ ਹੀ ਹੈ ਵੈਸੇ 500 ਦਾ ਮਹੀਨਾ ਕੱਢਣਾ ਬਹੁਤ ਔਖਾ ਆ ਅੱਛਾ ਇੱਕ ਵਰਡ ਪੁੱਛ ਰਿਹਾ ਮੈਂ SURPRISE ਸਰਪ੍ਰਾਈਜ਼ 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 ਨਹੀਂ ਪ੍ਰੋਨਾਂਸੀਏਸ਼ਨ ਇਹਦੀ ਕੁਝ ਹੋਰ ਹੈ ਤੁਹਾਡੇ ਹਿਸਾਬ ਨਾਲ ਇਹੀ ਹੈ SURPRISE ਸਹੀ ਪ੍ਰੋਨਾਂਸ ਕਰਨਾ ਇਹਨੂੰ ਆਪਾਂ ਸਰਪ੍ਰਾਈਜ਼ ਸ਼ੋਰ ਇੱਕ ਵਾਰੀ ਲਾਊਡਲੀ ਬੋਲ ਕੇ ਦੱਸਦੇ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਰਾਈਟ ਆਨਸਰ ਹੈ ਵੀ ਕਲੈਪਿੰਗ ਮੁੰਡੇ ਲਈ ਆਪਾਂ ਇਹਨੂੰ ਸਰਪ੍ਰਾਈਜ਼ ਬੋਲਦੇ ਹੈ ਨਾ ਨਾ ਤਾਂ ਸਰਪ੍ਰਾਈਜ਼ ਬੋਲਣਾ ਆ ਨਾ ਹੀ ਸਰਪ੍ਰਾਈਜ਼ ਬੋਲਣਾ ਆ ਇਹ ਸਰਪ੍ਰਾਈਜ਼ ਆ ਓਨਲੀ ਸਰਪ੍ਰਾਈਜ਼ ਠੀਕ ਆ ਪੋਕਟ ਮਨੀ ਕਿੰਨੀ ਕੁ ਮਿਲਦੀ ਹੈ ਪੋਕਟ ਮਨੀ ਜੇਬ ਨੂੰ ਹੱਥ ਮਾਰਿਆ ਪਹਿਲਾਂ ਵੇਖ ਕੇ ਕਿੰਨੇ ਖੜਕਦੇ ਕਿੰਨੇ ਕੀ ਆ 400 ਯਾਰ ਕੁੜੀਆਂ ਨੂੰ 500 ਤੈਨੂੰ 400 ਕੀ ਚੱਕਰ ਹੈ ਕੁੜੀਆਂ ਦਾ ਆਪਦਾ ਆਪਦਾ ਹੁੰਦਾ ਹੀ ਅੱਛਾ ਥੋੜ੍ਹੀ ਹੈ ਕਿ ਜ਼ਿਆਦੀ ਹੈ ਠੀਕ ਹੈ ਮੀਨਾ ਨਿਕਲ ਜਾਂਦਾ ਵਧੀਆ ਆਰਾਮ ਨਾਲ ਵਧੀਆ ਠੀਕ ਹੈ ਚਲੋ ਅੱਛੀ ਗੱਲ ਨਿਕਲਣਾ ਚਾਹੀਦਾ ਹੈ ਨਾ ਇੱਕ ਇਹੋ ਜਿਹੀ ਚੀਜ਼ ਜਿਹੜੀ ਆ ਰਹੀ ਹੈ ਪਰ ਆਉਂਦੀ ਨਹੀਂ ਸਪਨਾ ਤੈਨੂੰ ਸੁਪਨੇ ਨਹੀਂ ਆਉਂਦੇ ਆਉਂਦੇ ਆ ਕਿਉਂ ਆਉਂਦੇ ਤਾਂ ਐਪ ਪੂਰੇ ਨਹੀਂ ਹੁੰਦੇ ਅੱਛਾ ਪੂਰੇ ਨਹੀਂ ਹੁੰਦੇ ਕਿੱਦਾਂ ਸੁਪਨੇ ਦੇਖਦਾ ਸੁਪਨੇ ਆਈ ਸਾਰਿਆਂ ਦੇ ਆਪਦੇ ਡ੍ਰੀਮ ਹੁੰਦਾ ਵੀ ਮੈਂ ਤੇਰਾ ਕੀ ਡ੍ਰੀਮ ਹੈ ਵੀ ਆਪਾ ਬੰਨਾ ਅੱਛਾ ਤੁਸੀਂ ਆਹ ਦੇ ਵਿੱਚ ਕੀ ਬੰਨਾ ਵੱਡਾ ਹੋ ਕੇ ਵਧੀਆ ਕੰਮ ਕੀ ਬੰਨਾ ਵੱਡਾ ਹੋ ਕੇ ਪਤਾ ਲੱਗੇ ਕੀ ਬੰਨਾ ਵੱਡਾ ਕੇ ਤੁਸੀਂ ਵਧੀਆ ਵੀ ਇਨਸਾਨ ਬੰਨਾ ਬਿਜ਼ਨਸ ਇਨਸਾਨ ਬੰਨਾ ਸਤਿ ਸ਼੍ਰੀ ਅਕਾਲ ਜੀ ਨਮਸਤੇ ਜੀ ਨਮਸਤੇ ਠੀਕ ਠਾਕ ਹੋ ਪੜ੍ਹਾਈ ਠੀਕ ਚੱਲਦੀ ਹੈ ਕਿੰਨੀ ਕੁ ਵਧੀਆ ਚੱਲਦੀ ਹੈ ਪੋਕਿਟ ਮਨੀ ਕਿੰਨੀ ਕੁ ਮਿਲ ਜੀ ਤੁਹਾਡੇ ਹਿਸਾਬ ਨਾਲ ਪੋਕਿਟ ਮਨੀ 600 ਇਹਨਾਂ ਨਾਲ 100 ਵਧਾ ਤਾ ਅੱਛਾ 600 ਨੂੰ ਕਿੱਦਾਂ ਪੂਰੇ ਮੰਥ ਦੇ ਵਿੱਚ ਡਿਵਾਈਡ ਕਰਦੇ ਹੋ ਕੀ ਯੂਜ਼ ਕਰਦੇ ਹੋ ਕਲੈਕਸ਼ਨ ਚੱਲਾ ਜਾਂਦਾ ਕਿੱਦਾਂ ਮਤਲਬ ਜਿੰਨਾ ਖਰਚਾ ਜਾਂਦਾ ਹੋ ਜਾਂਦਾ ਬਾਕੀ ਆਪਣੀ ਕਲੈਕਟ ਕਰਦੇ ਅੱਛਾ ਉਹਨੂੰ ਸੇਵ ਰੱਖ ਲੈਂਦੇ ਹੋ ਆਹ ਵੈਸੇ ਮੈਂ ਪਹਿਲੇ ਨਾ ਚੰਗੀ ਗੱਲ ਹੈ ਕੁੜੀਆਂ ਦਾ ਮੈਂ ਅੱਗੇ ਵੀ ਦੇਖਿਆ ਆ ਕੁੜੀਆਂ 500 ਦੇ ਵਿੱਚ ਵੀ ਮਹੀਨੇ ਵਿੱਚ 200-300 ਬਚਾ ਲੈਂਦੀਆਂ ਮੇਰੇ ਹਿਸਾਬ ਨਾਲ ਹੈ ਨਾ ਮੁੰਡੇ 500 ਵੀ ਮਿਲ ਗਿਆ ਉਹ ਵੀ ਗਿਆ ਨਾਲ ਇਹਦਾ 500-700 ਵੀ ਖਾ ਲੈਂਦੇ ਆ ਵੀ ਚੱਲ ਸਰਦਾ ਹੀ ਨਹੀਂ ਹੈ ਨਾ ਇੱਕ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਆ ਰਹੀ ਹੈ ਪਰ ਆਉਂਦੀ ਨਹੀਂ ਆ ਰਹੀ ਹੈ ਪਰ ਆਉਂਦੀ ਨਹੀਂ ਨਹੀਂ ਡ੍ਰੀਮਸ ਆ ਜਾਂਦੇ ਆ ਮੈਨੂੰ ਤਾਂ ਆ ਜਾਂਦੇ ਮੈਂ ਤਾਂ ਸੁਣਦਾ ਹੀ ਹਾਂ ਨਾਲ ਦੀ ਨਾ ਡ੍ਰੀਮਸ ਮੈਂ ਤਾਂ ਪਤਾ ਨਹੀਂ ਕਿੱਥੇ ਪਹੁੰਚਿਆ ਹੁੰਦਾ ਕਦੀ ਅਮਰੀਕਾ ਕਦੀ ਕਨੇਡਾ ਤੁਹਾਨੂੰ ਡ੍ਰੀਮਸ ਆਉਂਦੇ ਹੀ ਨਹੀਂ ਗੇ ਇਹ ਤੁਹਾਡੀ ਪ੍ਰੋਬਲਮ ਆ ਮੈਨੂੰ ਲੱਗਦਾ ਹੈ ਨਾ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਪੜ੍ਹਾਈ ਵਧੀਆ ਚੱਲਦੀ ਹੈ ਇਹ ਜੀ ਕਿਹੜੀ ਚੀਜ਼ ਜਿਹੜੀ ਆ ਰਹੀ ਹੈ ਪਰ ਆਉਂਦੀ ਨਹੀਂ ਟੁਮੋਰੋ ਕੱਲ ਆਉਣ ਵਾਲਾ ਕੱਲ ਹਾਂ ਆਹ ਰਾਈਟ ਆਨਸਰ ਹੈ ਕਲੈਪਿੰਗ ਕੁੜੀ ਲਈ ਟੁਮੋਰੋ ਹੀ ਇੱਕ ਇੱਦਾਂ ਦੀ ਚੀਜ਼ ਜਿਹੜੀ ਆ ਤਾਂ ਰਹੀ ਹੈ ਪਰ ਆਉਂਦੀ ਨਹੀਂ ਯਾਰ ਕੱਲ ਨੂੰ ਕੱਲ ਕੰਮ ਕਰਾਂ ਕੱਲ ਹੀ ਨਹੀਂ ਆਉਣ ਦੇ ਆਉਂਦਾ ਹੈ ਨਾ ਅੱਜੀ ਗਾਣਾ ਆਉਂਦਾ ਕੋਈ ਭੰਗੜਾ ਪੜ੍ਹਾਈ ਪੜ੍ਹਾਈ ਠੀਕ ਚੱਲਦੀ ਪੜ੍ਹਾਈ ਸੋਚ ਕੇ ਦੱਸਿਆ ਕਹਿ ਲੱਗੀ ਨਹੀਂ ਆਉਂਦੀ ਹੈ ਪੜ੍ਹਾਈ ਠੀਕ ਚੱਲਦੀ ਹੈ ਐਵਰੇਜ ਐਵਰੇਜ ਆਪਣੇ ਅਕੋਰਡਿੰਗ ਪਾਸ ਹੋ ਜਾਂਦੇ ਆ ਪਾਸ ਤੋਂ ਵਧੀਆ ਮਾਰਕਸ ਲੈ ਪਾਸ ਤੋਂ ਵਧੀਆ ਮਾਰਕਸ ਨਹੀਂ ਕਰ ਸਕਦੇ ਬਟ ਟੌਪ ਨਹੀਂ ਕਰ ਸਕਦੇ ਬਟ ਮਾਰਕਸ ਬਟ ਵਧੀਆ ਆਉਂਦੇ ਆ ਹਨਾ ਅੱਛੀ ਗੱਲ ਹੈ ਪਾਕਟ ਮਨੀ ਕਿੰਨੀ ਕੁ ਮਿਲਦੀ ਹੈ ਮੈਂ ਪਾਕਟ ਮਨੀ ਲੈਂਦੀ ਪਾਕਟ ਮਨੀ ਲੈਂਦੀ ਨਹੀਂ ਦੋ ਕੰਡੀਸ਼ਨਸ ਹੁੰਦੀਆਂ ਇੱਕ ਤਾਂ ਪਾਕਟ ਮਨੀ ਲੈਣਾ ਇੱਕ ਡੇ ਟੂ ਡੇ ਖਰਚਾ ਓਕੇ ਔਰ ਡੇ ਟੂ ਡੇ ਖਰਚਾ ਜ਼ਿਆਦਾ ਬੈਨੀਫੀਸ਼ੀਅਲ ਲੱਗਦਾ ਪਾਕਟ ਹਾਂ ਇਹ ਕੰਮ ਠੀਕ ਹੈ ਤਾਂ ਬਹੁਤ ਨੁਕਸਾਨ ਹੈ ਘਰਦਿਆਂ ਨੂੰ ਕਿੰਨਾ ਕੁ ਨੁਕਸਾਨ ਹੋ ਜਾਂਦਾ ਮੈਂ ਕਦੇ ਮੰਨ ਕੇ ਨਹੀਂ ਚੱਲਦੀ ਡੈਡੀ ਦਾ ਇੱਕ ਦਿਨ ਦਾ ਕਿੰਨਾ ਕਰਦੇ ਹੋ ਖਰਚ ਤੁਸੀਂ ਜ਼ਿਆਦਾ ਨਹੀਂ ਐਟਲੀ ਉਹ ਕਦੇ ਕਦੇ 100 ਦੇ ਹਿਸਾਬ ਨਾਲ ਹੋ 100 ਦੇ ਹਿਸਾਬ ਨਾਲ 100 ਦੇ ਹਿਸਾਬ ਨਾਲ 3000 ਮਹੀਨਾ ਬਹੁਤ ਜ਼ਿਆਦਾ ਆ ਥੈਂਕ ਯੂ ਸੋ ਮਚ ਥੈਂਕ ਯੂ ਤੇਰੇ ਦਿਲ ਨੂੰ ਮੇਰੇ ਦਿਲ ਤੱਕ ਰਾਹਾਨੀਆਂ ਨਹੀਂ ਇਹ ਵੀ ਮਨ ਦੀ ਬਿਨ ਮੇਰੇ ਤਿੰਨ ਸਾਹਾਨੀਆਂ ਨਹੀਂ ਪਿਆਰ ਮੁਕੱਦਰ ਅੜਿਆ ਇੰਨੀ ਛੇਤੀ ਨਹੀਂ ਬਣਦੇ ਕਿਸੇ ਨਜ਼ਰ ਦੇ ਕੋਲੋਂ ਐਵੇਂ ਧੋਖਾ
ਤੱਕ ਪਹੁੰਚੀ ਪਈ ਹੈ ਜਿਹਦੀ ਸੂਰਤ ਯਾਰ ਹੋਏ ਜਾਂਦੀ ਜਾਂਦੀ ਕਹਿ ਗਈ ਮੈਨੂੰ ਚੇਤੇ ਆਵੀ ਨਾ ਬਹੁਤ ਸੋਹਣਾ ਥੈਂਕ ਯੂ ਸੋ ਮਚ ਅੱਛਾ ਪੋਕਟ ਮਨੀ ਕਿੰਨੀ ਕੁ ਮਿਲ ਜਾਂਦੀ ਹੈ ਸ਼ੁਕਰ ਮਨਾ ਲੈ ਰੱਬ ਦਾ ਨਾ ਤੇਰੇ ਨਾ ਕਮਲਿਆ ਜੋੜੇ ਥੋੜਾ ਬਹੁਤਾ ਰੂਬ ਤੇ ਜ਼ਰੂਰ ਰੱਖੂੰਗੀ ਵਸਾਖ 15 ਜੱਟੀ ਨੇ ਮੋੜੇ ਥੋੜਾ ਬਹੁਤਾ ਜ਼ੋਰ ਰੂਬ ਤੇ ਜ਼ਰੂਰ ਰੱਖੂੰਗੀ ਵਸਾਖ 15 ਜੱਟੀ ਨੇ ਮੋੜੇ ਵਸਾਖ 15 ਜੱਟੀ ਨੇ ਮੋੜੇ ਪੜ੍ਹਾਈ ਠੀਕ ਚੱਲਦੀ ਹੈ ਜੀ ਚਲੋ ਵਧੀਆ ਚੱਲਣੀ ਚਾਹੀਦੀ ਹੈ ਇਹ ਜੀ ਕਿਹੜੀ ਚੀਜ਼ ਜਿਹਨੂੰ ਦੇਖ ਸਕਦੀ ਤਾਂ ਪਤਾ ਵੀ ਹੈਗੀ ਆ ਪਰ ਉਹਨੂੰ ਫੜ ਨਹੀਂ ਸਕਦੇ ਆਪਾਂ ਅਕਲੀ ਅਕਲ ਹਾਂਜੀ ਆ ਵੀ ਠੀਕ ਹੈ ਠੀਕ ਠਾਕ ਹੋ ਹਾਂਜੀ ਨਾਮ ਕੀ ਤੁਹਾਡਾ ਕਮਨਪ੍ਰੀਤ 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 ਵੈਸੇ ਪਹਿਲੀ ਵਾਰ ਸੁਣਿਆ ਮੈਂ ਕਮਨ ਦਮਨਪ੍ਰੀਤ ਤਾਂ ਸੁਣਿਆ ਸੀਗਾ ਕਮਨਪ੍ਰੀਤ ਪਹਿਲੀ ਵਾਰ ਸੁਣਿਆ ਕਿਹਨੇ ਰੱਖਿਆ ਨਾਮ ਮਾਸੀ ਮਾਸੀ ਜੀ ਨੇ ਵਾਹ ਮਾਸੀ ਨੇ ਕੀ ਸੋਚ ਕੇ ਰੱਖਿਆ ਨਾਮ ਕਿਸੇ ਦਾ ਹੈ ਨਹੀਂ ਅੱਛਾ ਕਿਸੇ ਇਹ ਵੀ ਠੀਕ ਹੈ ਵੀ ਕਮਨਪ੍ਰੀਤ ਦਾ ਨਾਂ ਹੈ ਨਹੀਂ ਤੇਰਾ ਫਿਰ ਵੀ ਸ਼ੁਕਰ ਮਨਾ ਕੁਛ ਹੋਰ ਨਹੀਂ ਰੱਖਦਾ ਸੋਹਣਾ ਹੀ ਰੱਖਿਆ ਨਾਮ ਕਮਨਪ੍ਰੀਤ ਹੈ ਨਾ ਇੱਕ ਐਚ ਯੂ ਐਮ ਏ ਐਨ ਹਮਨ ਐਚ ਯੂ ਐਮ ਏ ਐਨ ਸਹੀ ਪ੍ਰੋਨਾਂਸ ਕਰਨਾ ਇਹਨੂੰ ਹਮਨ ਨਹੀਂ ਪੋਕਟ ਮਨੀ ਕਿੰਨੀ ਕੁ ਮਿਲਦੀ ਹੈ ਜਿੰਨੀ ਮੰਗ ਲਈਏ ਖੁੱਲ੍ਹੇ ਖਾਤੇ ਮਿਲ ਜਾਂਦੇ ਆ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਜਿਹਦਾ ਪਤਾ ਹੈਗੀ ਹੈ ਪਰ ਉਹਨੂੰ ਫੜ ਨਹੀਂ ਸਕਦੇ ਆਪਾਂ ਨਿਗਾਹ ਨਹੀਂ ਨਿਗਾਹ ਤੋਂ ਬਿਨਾਂ ਵੈਸੇ ਨਿਗਾਹ ਵੀ ਸਹੀ ਆਂਸਰ ਹੋ ਸਕਦਾ ਆ ਪਰ ਕੋਈ ਹੋਰ ਚੀਜ਼ ਹੈ ਨਿਗਾਹ ਵੈਸੇ ਫੜ ਸਕਦੇ ਆ ਜਿਹਦੇ ਐਨਕ ਲੱਗੀ ਉਹਦੇ ਐਨਕ ਫੜ ਲਾ ਨਿਗਾਹ ਫੜੀ ਜਾਣੀ ਹੈ ਉਹਨੂੰ ਦੇਖਣਾ ਹੀ ਕੋਈ ਨਿਗਾਹ ਫੜ ਲਈ ਨਾ ਉਹਦੀ ਬੇਇੱਜ਼ਤੀ ਕਹਿੰਦਾ ਬੇਇੱਜ਼ਤੀ ਬੇਇੱਜ਼ਤੀ ਤਾਂ ਪਤਾ ਵੀ ਹੋ ਜਾਣੀ ਹੈ ਪਰ ਉਹਨੂੰ ਫੜ ਨਹੀਂ ਸਕਦੇ ਹੈਨਾ ਥੈਂਕ ਯੂ ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ ਮੈਂ ਪਹੁੰਚਿਆ ਹਾਂ ਜੀ ਡੀਏਵੀ ਸਕੂਲ ਮਾਨਸਾ ਦੇ ਵਿੱਚ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਸ਼ੋਰਟ ਹੋ ਜਾਏ ਬ੍ਰੇਕ ਦੇ ਬਾਅਦ ਮਸਤੀ ਕੈਂਪਸ ਦੀ ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ ਜਬ ਸਿਹਤ ਕੀ ਬਾਤ ਹੋਗੀ ਤੋ ਪੁਖਰਾਜ ਐਲੋਵੇਰਾ ਸੇ ਸ਼ੁਰੂਆਤ ਹੋਗੀ ਸ਼ੁੱਧ ਐਲੋਵੇਰਾ ਸੇ ਬਨਾ ਪੁਖਰਾਜ ਐਲੋਵੇਰਾ ਜੂਸ ਜੋ ਇਮਿਊਨਿਟੀ ਬੜਾਏ ਔਰ ਆਪਕੋ ਰੱਖੇ ਫਿਟ ਮਿਲ ਗਿਆ ਨਾ ਅੱਛੀ ਸਿਹਤ ਕਾ ਰਾਜ਼ ਪੁਖਰਾਜ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ ਬ੍ਰਿਲਸ ਐਕਸਪ੍ਰੈਸ ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ Brills Institute, a pioneer institute in the region for IELTS and English speaking.
Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. Masti Campus di. Welcome back to our favorite show, Brills Presents Masti Campus di. Main pahunche hain ji DAV school Mansa de vich, aao karde program de ke shuruaat. H-U-M-A-N. Human. 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 Nahi. Eh ji kehdi cheez aa jida pata hai hi hai par phad nahi sakde. Satellite. ਲਾਈਟ ਆਨਸਰ ਵੈਸੇ ਠੀਕ ਆ, ਲਾਈਟ ਨੂੰ ਫੜ ਸਕਦੇ ਹਾਂ, ਬਲਬ ਦੇ ਉੱਪਰ ਹੱਥ ਰੱਖ ਲਓ, ਸਾਰੀ ਫੜੀ ਜਾਣੀ ਹੱਥ 'ਚ. ਸਰ ਉਬਲੀ ਲਾਈਟ ਨੂੰ ਮਤਲਬ ਜਿਵੇਂ ਸਨ ਰੇਸ ਉਬਲੀ ਲਾਈਟ. ਤੂੰ ਬਹੁਤ ਡੂੰਘਾ ਚਲਾ ਗਿਆ, ਕਿਤੇ ਸਾਇੰਸ 'ਚ ਹੀ ਪਹੁੰਚ ਗਿਆ ਮਿੱਤਰਾ. ਸਾਇੰਸ ਪੜ੍ਹ ਲੈਣਾ, ਇੰਟਰਸਟਡ ਆ ਸਾਇੰਸ? ਸਰ ਪਹਿਲਾਂ ਸੀਗਾ, ਹੁਣ ਨਹੀਂ. ਹੁਣ ਇੰਟਰਸਟ, ਹੁਣ ਕਿਉਂ ਚਲਾ ਗਿਆ? ਸਰ ਪਲੱਸ ਵਨ 'ਚ ਹੋ ਗਿਆ, ਫਿਰ ਉਹ ਛੱਡਤਾ ਨਾ. ਅੱਛਾ, ਪਲੱਸ ਵਨ 'ਚ ਕਹਿੰਦੇ ਉਹ ਛੱਡਤੀ ਪੜ੍ਹਾਈ. ਟੈਨਸ਼ਨ ਖਤਮ ਕਰੋ, ਸਾਇੰਸ ਔਖੀ ਆ ਥੋੜ੍ਹੀ ਜੀ. ਸਰ ਇੰਟਰਸਟ ਤਾਂ ਹੈਗਾ ਸੀ ਪਰ ਛੱਡਤੀ. ਹੋਰ ਕੀ ਫਿਊਚਰ ਪਲਾਨ ਕੀ ਹੈ? ਸਰ ਬੀ ਏ ਕਰਕੇ ਬਸ ਕੈਨੇਡਾ ਜਾਣਾ. ਕੈਨੇਡਾ ਜਾਣਾ? ਇੱਕ ਤਾਂ ਕੈਨੇਡਾ ਨੂੰ ਬੜੇ ਸਾਰੇ ਕਾਲੇ ਆ, ਹੈ ਨਾ? ਗਾਣਾ ਉਹਦਾ ਕੋਈ? ਹਾਂਜੀ ਸਰ. ਸੁਣਾਓ ਫਿਰ ਕਿਹੜਾ ਗਾਣਾ ਮੈਨੂੰ ਆਉਂਦਾ ਕਿ ਉਹਨੂੰ ਆਉਂਦਾ? ਸਰ ਮੈਂ ਯਾਦ ਕਰਕੇ ਆਇਆ ਸੀ. ਅਸੀਂ ਯਾਦ ਕਰਕੇ ਆਇਆ ਸੀ ਨਾ, ਬਸ ਉਹੀ ਸੁਣਾ ਜਿਹੜਾ ਯਾਦ ਕਰਕੇ ਆਇਆ ਸੀਗਾ. ਉਹ ਦਿਲ ਸ਼ੀਸ਼ੇ ਜਿਹੇ ਸਾਫ਼ ਨੇ ਪਰ ਸ਼ਕਲਾਂ ਤੋਂ ਪੱਕਿਆਂ ਸਾਥੋਂ ਸ਼ੁਰੂ ਹੋਣ ਵਾਦੀਆਂ ਅਸੀਂ ਹੁਕਮ ਦੇ ਅੱਕਿਆਂ ਸਾਨੂੰ ਉਹਨਾਂ ਚੋਂ ਨਾ ਜਾਣੀ ਬੱਲੀਏ ਉਹਨਾਂ ਚੋਂ ਨਾ ਜਾਣੀ ਬੱਲੀਏ ਹੁੱਕ ਕੇ ਜੋ ਲੈਂਦੇ ਚਟਨੀ ਉਹ ਜ਼ਿੰਦਾਬਾਦ ਰਹਿਣ ਬਿਲੋ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਚਟਨੀ. ਅੱਛਾ ਪਸੀਨਾ ਤੈਨੂੰ ਬਹੁਤ ਆਉਂਦਾ ਹੈ ਨਾ? ਬਹੁਤ ਮੁੰਡਾ ਵਿਚਾਰਾ ਦੇਖ ਸਾਰਾ ਭਿੱਜਿਆ ਪਿਆ, ਇੰਨਾ ਪਸੀਨਾ ਕਿਉਂ ਆਉਂਦਾ? ਊਂ ਆਈ ਜਾਂਦਾ ਗਰਮੀ ਕਰਕੇ. ਅੱਛਾ ਇਹ ਕਿਹੜੀ ਚੀਜ਼ ਆ ਜਿਹਦਾ ਪਤਾ ਹੈਗੀ ਆ ਪਰ ਉਹਨੂੰ ਫੜ ਨਹੀਂ ਸਕਦੇ ਆਪਾਂ? ਅੱਛਾ ਅੱਗ ਨੂੰ ਫੜ ਨਹੀਂ ਸਕਦੇ? ਫੜ ਕੇ ਟਰਾਈ ਕਰੀ ਜਾਂਗਾ. ਵੈਸੇ ਸਹੀ ਹੈ, ਫੜ ਕੇ ਹੱਥ ਸੜ ਜੂਗਾ ਹੈ ਨਾ, ਉਹ ਟੱਚ ਹੋ ਜੂ ਨਾ ਹੱਥ ਨਾਲ, ਉਹ ਆਪਣੇ ਹੱਥ ਨੂੰ ਫੜ ਲੂਗੀ ਆਪਾਂ ਉਹਨੂੰ ਫੜਿਆ ਤਾਂ, ਹੈ ਨਾ? ਇੱਦਾਂ ਨਹੀਂ ਕੋਈ ਹੋਰ ਆਨਸਰ ਇਹਦਾ. ਅੱਛਾ ਐਚ ਯੂ ਐਮ ਐਨ ਹਿਊਮਨ? ਹਿਊਮਨ ਨਹੀਂ, ਕੋਈ ਹੋਰ ਚੀਜ਼ ਹੈ. ਕੀ ਹਾਲ ਚਾਲ? ਠੀਕ ਠਾਕ? ਠੀਕ ਠਾਕ ਹੋ? ਅਗਲਾ ਜੋੜੀ ਇਹਨਾਂ ਦੋਵਾਂ ਦੀ, ਹੈ ਨਾ? ਦੋਨੋਂ ਗਾਣਾ ਗਾਉਣਾ ਹੈ? ਬੱਲੇ ਬੜੇ ਸਿਆਣੇ ਆ ਮੁੰਡੇ. ਸੁਣਾਓ ਫਿਰ. ਹੌਲੀ ਹੌਲੀ ਦੇ ਵਿੱਚ ਨੱਚ ਪੱਤਲ ਹੋਣੀ ਤੇਰਾ ਲੱਕਣਾ ਮਰੋੜਾ ਖਾਦਾ ਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪੱਤਲ ਹੋਣੀ ਤੇਰਾ ਲੱਕਣਾ ਮਰੋੜਾ ਖਾਦਾ ਵੇ ਕੱਚ ਦਾ ਸਮਾਨ ਬਿੱਲੋ ਰੱਖ ਸਾਮ ਕੇ ਨੀ ਕਦੇ ਸੋਹਣੀ ਤੜਕ ਨਾ ਜਾਵੇ ਹੌਲੀ ਹੌਲੀ ਗਿੱਧੇ ਵਿੱਚ ਨੱਚ ਪੱਤਲ ਹੋਣੀ ਤੇਰਾ ਲੱਕਣਾ ਮਰੋੜਾ ਖਾਦਾ ਵੇ ਬਹੁਤ ਸੋਹਣਾ. ਉਹ ਜਾਣਾ ਨੀ ਕਿਤੇ, ਜਾਣਾ ਨੀ ਕਿਤੇ. ਐਚ ਯੂ ਐਮ ਏ ਐਨ ਨਹੀਂ, ਹਿਊਮਨ ਨਹੀਂ. ਹਾਂਜੀ ਆ ਜਾ, ਕਹਿੰਦਾ ਐਚ ਯੂ ਐਮ ਐਨ ਬੰਦਾ. ਇਹ ਵੀ ਠੀਕ ਹੈ ਨਾ, ਪਰ ਮੀਨਿੰਗ ਨਹੀਂ ਪੁੱਛਿਆ ਇਹਦਾ, ਸਹੀ ਪ੍ਰੋਨਾਂਸੀਏਸ਼ਨ ਪੁੱਛੀ ਹੈ. ਪਤਾ ਹਿਊਮਨ ਨਹੀਂ, ਹਿਊਮਨ ਨਹੀਂ, ਕੁਛ ਹੋਰ ਹੈ. ਅੱਛਾ ਇਹੋ ਜਿਹੀ ਕੋਈ ਚੀਜ਼ ਆ ਜਿਹਦਾ ਪਤਾ ਹੈਗੀ ਆਪਾਂ ਫੜ ਨਹੀਂ ਸਕਦੇ ਨੂੰ ਆਪਾਂ? ਪਰਛਾਵਾਂ. ਪਰਛਾਵਾਂ ਵੈਸੇ ਆਨਸਰ ਤਾਂ ਇਹ ਵੀ ਸਹੀ ਹੈ ਨਾ, ਇਸ ਚੀਜ਼ ਦੇ ਕਿੰਨੇ ਆਨਸਰ ਨਿਕਲਾ ਹੈ ਨਾ. ਹੁਣ ਜੇ ਮੈਂ ਆਪਣਾ ਆਨਸਰ ਤਾਂ ਤੁਸੀਂ ਕਹਿਣਾ ਵੀ ਉਹ ਤਾਂ ਸੇਮ ਜਿਹਾ ਹੀ ਸੀਗਾ. ਪਰਛਾਵਾਂ ਮੰਨ ਲਈਏ ਫਿਰ? ਮੰਨ ਲਿਆ ਜਾਵੇ, ਚਲੋ ਕਰ ਦਿਓ ਫਿਰ ਕਲੈਪਿੰਗ ਮੁੱਢ ਲਈ ਵੀ ਠੀਕ ਹੈ. ਵੈਸੇ ਸਮਾਂ, ਟਾਈਮ, ਸਮਾਂ ਸਹੀ ਹੈ, ਆਪਾਂ ਨੂੰ ਪਤਾ ਵੀ ਹੈਗਾ, ਆਪਣੇ ਹਰ ਇੱਕ ਦੇ ਕੋਲ ਹੀ ਹੈ, ਪਰ ਆਪਾਂ ਨੂੰ ਫੜ ਨਹੀਂ ਸਕਦੇ, ਹੈ ਨਾ? ਸਮਾਂ ਸਹੀ ਹੈ. ਓਕੇ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ. ਇਸਨੇ ਗਾਣਾ ਹੈ, ਆ ਜਾਓ. ਕੀ ਹਾਲ ਚਾਲ? ਆਪਕੀ ਸਿਫਾਰਿਸ਼ਾਂ ਆ ਰਹੀ ਹੈ, ਕਹਿਤੀ ਇਸਨੇ ਗਾਣਾ ਹੈ. ਕਿਆ ਗਾਣਾ ਹੈ ਆਪਣੇ? ਕੁਛ ਵੀ ਨਹੀਂ ਗਾਣਾ ਹੈ. ਕੁਛ ਵੀ ਨਹੀਂ ਗਾਣਾ ਹੈ? ਇਹ ਤਾਂ ਬਾਤ ਗਲਤ ਹੋ ਗਈ, ਉਹ ਤਾਂ ਬੋਲ ਰਿਹਾ ਗਾਣਾ ਹੈ.
अच्छा इसने गाना है वो आगे ये आगे उसने गाना है आप आइए बहन जी आज हाँ जी धक्का आया अच्छा धक्का मारता कुछ नहीं कुछ नहीं चल भैने कोई गल नहीं टीवी तो आता मौका मिल गया ने बन है ना कई बार धक्के बंद कुछ सिखा देंगे वैसे धक्के बंद बहुत कुछ सिखाते हैं जेडे बंद ने धक्के खाते है ना वो जिंदगी कामयाब होंगे अच्छा धक्के गाने सीखे अच्छा गाना आता फिर सुनाओ तू सुनाओ फिर मेरी जिंदगी दे यारा सी खाली भरके मैं जो भी हां सजना एक तेरे करके मैं जो भी हां सजना एक तेरे करके बहुत सुना थैंक यू सो मच थैंक यू सो मच आओ जी सत श्री अकाल जी सत श्री अकाल जी सुनाओ गाना सुनाओगे तुसी सुनाओ जी ना है ये पाना तुमसे ही शाम होती है तुमसे ही H-U-M-N Human Human नहीं Human नहीं कुछ हो रहा है नहीं है बस यही पता सी ठीक है थैंक यू सो मच जी थैंक यू गाना सुनाओगे उच्ची सुनाना है जिन्ना मम्मी नाल कर लड़न लगे बोलते हैं गाना ना हौली है गाना हौली है हाँ जी मम्मी नाल लड़ाई सिर्फ रो तो पंजाबी च हुंदे गाना ही लड़ाई पंजाबी च उच्ची हुंदी है ਪੰਜਾਬੀ ਚ ਮੈਨੂੰ ਪਤਾ ਲੜਦੇ ਕਿਵੇਂ ਮੈਨੂੰ ਵੀ ਪਤਾ ਮੰਮੀਆਂ ਨਾਲ ਕਿਵੇਂ ਲੜਾਈ ਹੁੰਦੀ ਹੈ ਨਹੀਂ ਸਰ ਸਰ ਪੰਜਾਬੀ ਚੰਗੀ ਹੈ ਨਾ ਹੁਣ ਅਸੀਂ ਹਿੰਦੀ ਤੁਸੀਂ ਹਿੰਦੀ ਸੁਣਾਉਣਾ ਠੀਕ ਹੈ ਸੁਣਾਓ ਫਿਰ ਜੋ ਭੇਜੀ ਥੀ ਦੁਆ ਹੋ ਜਾ ਕੇ ਆਸਮਾਂ ਸੇ ਯੂ ਟਕਰਾ ਗਈ ਕਿ ਆ ਗਈ ਹੈ ਲੌਟ ਕੇ ਸਦਾ ਜੋ ਭੇਜੀ ਥੀ ਦੁਆ ਹੋ ਜਾ ਕੇ ਆਸਮਾਂ Thank you so much. Thank you. अच्छा गल सुनो बोलो H-U-M-N Human नहीं Human नहीं कुछ और है Human 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 सर Human British accent British accent की है Human एक तो सो यार तू भी होना ओ दी मेरी गल नंबर पांच है मेरा मैं ही सही बोल लिया और वो कहती मैं सही बोल दी है एक यार दसो कौन बोलेगा सर जे तो इंग्लिश accent पूछ रहे हो फिर तो सर Human यू आप यूएस लैंग्वेज की गल करा यार यूएस लैंग्वेज की गल करेंगे आप तो बिना नहीं कोई गल करनी जो गाना सुनना सुना दे फिर चल सुना फिर अच्छा आप लिखिया चंगा लिखिया उत्ते तो मौत लिखा गाने का नाम मौत है मैं दूर दूर खड़ के सुनना है पंगा मौत मूत वाला गाना कि हाथ भाई गोली गोली चल जाती है पता लगता कई बार मैं माइक फटा के पेपर फटा दूसो किए करा कहना तू दो चीजा फटो मैं टॉर ना खड़ के गाँव हाँ जी सुनाओ ਭਾਵੇਂ ਮੇਰੇ ਗੀਤਾਂ ਨੂੰ ਉਹ ਲੱਖ ਮਾੜਾ ਕਹਿੰਦੀ ਆ ਪਰ ਦਿਲ ਕਹਿੰਦਾ ਉਹ ਅੱਜ ਵੀ ਚਾਰ ਦੀਵਾਰਾਂ 'ਚ ਕੱਲੀ ਕੀ ਤਸਵੀਰ ਰੋਂਦੀ ਆ ਸੁਣਦਾ ਮੈਨੂੰ ਛੱਤ ਗਈ ਦਿਲ ਆਪਣੇ 'ਚ ਕੱਢ ਗਈ ਪਰ ਮੈਂ ਤੈਨੂੰ ਆਪਣੇ ਦਿਲੋਂ ਨਹੀਂ ਕੱਢਿਆ ਮੌਤ ਗੱਲਾਂ ਲੱਖਾਂ ਨੂੰ ਫਿਰ ਦੀਆ ਜਦੋਂ ਦਾ ਏ ਤੂੰ ਮੈਨੂੰ ਛੱਡਿਆ ਬਸ ਬਸ ਬਹੁਤ ਹੈ ਸੋ ਕੁਛ ਕੁ ਆਂਸਰ ਤੁਸੀਂ ਦੇ ਦਿੱਤੇ ਸੀਗੇ ਕੁਛ ਕੁ ਆਂਸਰ ਮੈਂ ਦੱਸਦੇ ਸੀਗੇ ਇੱਕ ਵਰਡ ਰਹਿ ਗਿਆ ਸੀ H-U-M-A-N ਯੂ ਆਰ ਸਲੈਂਗ ਯੂ ਮੈਨ ਕਹਿੰਦੇ ਇਹਨੂੰ Human Y-O-O-M-A-N H ਸਾਇਲੈਂਟ ਹੈ H ਸਾਇਲੈਂਟ ਹੈ ਠੀਕ ਹੈ ਸਲੈਂਗ Human ਸੋ ਇਹ ਚੀਜ਼ਾਂ ਮੈਨੂੰ ਕਿੱਥੋਂ ਪਤਾ ਲੱਗਦੀਆਂ ਨੇ ਜਾਂ ਕੁਛ ਇੱਦਾਂ ਦੇ ਤੁਸੀਂ ਹੋਰ ਵਰਡ ਕਿੱਥੋਂ ਸਿੱਖ ਸਕਦੇ ਹੋ ਸਾਡੇ ਜਿਹੜੇ ਸਪੋਂਸਰ ਹੈ Brills ਇਹਨਾਂ ਦਾ ਨਿਊਜ਼ ਪੇਪਰ ਹੈ Brills ਐਕਸਪ੍ਰੈਸ ਠੀਕ ਹੈ ਤੁਸੀਂ ਲਵਾਇਆ ਹੋਇਆ ਬਹੁਤ ਵਧੀਆ ਗੱਲ ਹੈ ਹੁਣ ਤਾਂ ਫਿਰ ਇਹਦੇ ਬਾਰੇ ਪਤਾ ਹੋਣਾ ਹੈ ਨਾ ਇਹਦੇ 'ਚ ਬੜੀ ਵਧੀਆ ਚੀਜ਼ ਹੈ ਇੱਕ ਤਾਂ ਸਾਰੇ ਨਿਊਜ਼ ਇੰਗਲਿਸ਼ ਵਿੱਚ ਆ ਪਲੱਸ ਟਰਾਂਸਲੇਟ ਆ ਹਿੰਦੀ ਦੇ ਵਿੱਚ ਔਰ ਜਿੰਨੇ ਵੀ ਟਫ ਵਰਡਸ ਹੁੰਦੇ ਆ ਉਹਨਾਂ ਨੂੰ ਟਰਾਂਸਲੇਟ ਕੀਤਾ ਹੁੰਦਾ ਬੜੀ ਈਜ਼ੀ ਵੇ ਨਾਲ
ਔਰ ਜੋ ਮੈਂ ਸਹੀ ਪ੍ਰੋਨਾਂਸੀਏਸ਼ਨ ਕਿੱਦਾਂ ਹੋਣੀ ਉਹ ਸਾਰੇ ਵਰਡ ਦੇ ਵਿੱਚ ਦਿੱਤੇ ਹੁੰਦੇ ਆ, ਠੀਕ ਹੈ ਜੀ? ਓਕੇ, ਥੈਂਕ ਯੂ ਸੋ ਮਚ। ਸੋ ਤੁਸੀਂ ਇੰਜੋਏ ਕਰ ਰਹੇ ਸੀ ਆਪਣਾ ਫੇਵਰੇਟ ਸ਼ੋਅ ਬ੍ਰਿਲਸ ਪ੍ਰੈਜ਼ੈਂਟਸ ਮਸਤੀ ਕੈਂਪਸ ਦੀ। ਮੈਂ ਪਹੁੰਚਿਆ ਹਾਂ ਜੀ DAV ਸਕੂਲ ਮਾਨਸਾ ਦੇ ਵਿੱਚ। ਹੁਣ ਮਿਲਾਂਗਾ ਜੀ ਨਵੀਂ ਜਗ੍ਹਾ ਤੇ ਨਵੇਂ ਨਵੇਂ ਬੱਚਿਆਂ ਨਾਲ, ਫਿਰ ਕਰਾਂਗੇ ਢੇਰ ਸਾਰੀਆਂ ਮਸਤੀਆਂ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਜਬ ਸਿਹਤ ਕੀ ਬਾਤ ਹੋਗੀ ਤੋ ਪੁਖਰਾਜ ਐਲੋਵੇਰਾ ਸੇ ਸ਼ੁਰੂਆਤ ਹੋਗੀ। ਸ਼ੁੱਧ ਐਲੋਵੇਰਾ ਸੇ ਬਣਾ ਪੁਖਰਾਜ ਐਲੋਵੇਰਾ ਜੂਸ ਜੋ ਇਮਿਊਨਿਟੀ ਬੜਾਏ ਔਰ ਆਪਕੋ ਰੱਖੇ ਫਿਟ। ਮਿਲ ਗਿਆ ਨਾ ਅੱਛੀ ਸਿਹਤ ਕਾ ਰਾਜ਼ ਪੁਖਰਾਜ। Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਪੁਖਰਾਜ ਪਾਚਨ ਰਸ, ਕੁਛ ਹੀ ਪਲੋ ਮੇ ਸ਼ੁਰੂ ਕਰੇ ਕਾਮ, ਐਸਿਡਿਟੀ ਕਰੇ ਠੀਕ, ਪਾਚਨ ਮੇ ਦੇ ਆਰਾਮ, ਗੁੜੋਂ ਕਾ ਖਜ਼ਾਨਾ ਬਸ ਥੋੜਾ ਸਾ ਰੋਜ਼ਾਨਾ। ਪੁਖਰਾਜ Brills Institute, a pioneer institute in the region for IELTS and English speaking. Brills Institute has carved a niche for itself with the help of state-of-the-art infrastructure and the best faculty. Brills Institute has shown remarkable results. Brills Institute has been frequently awarded by the British Council and the IDP as business partner. Brills Institute has a dedicated dream to serve the student fraternity for times to come. Brills Institute, opposite street number 11, Ajit Road, Bathinda. Brills Institute, New Leela Pavan, Patiala. ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ।